ਨਾਮ ਵਾਹਿਗੁਰੂ ਬਰਾਬਰ ਵਾਲਿਆਂ ਦੇ ਬਰਾਬਰ ਵਾਲੇ ਇਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਅਸੀਂ ਹਰ ਸਾਲ ਦੀ ਤਰ੍ਹਾਂ ਹੁਣ ਵੀ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲੈ ਕੇ ਜਾ ਰਹੇ ਹਾਂ। ਇਹ ਅਸੀਂ 5 ਤਰੀਕ ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਪਹੁੰਚਾਂਗੇ। ਉੱਥੇ ਕਿਉਂਕਿ ਸਾਨੂੰ ਇਹ 25 ਸਾਲ ਇਹ ਨਗਰ ਕੀਰਤਨ ਲੈ ਕੇ ਜਾਂਦਿਆਂ ਨੂੰ ਦਿੱਲੀ ਹੋ ਗਏ ਨੇ ਅਤੇ ਅਸੀਂ ਇਹੋ ਹੀ ਸੰਗਤਾਂ ਅੱਗੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਇਹੋ ਹੀ ਕਿ ਮਹਾਰਾਜ ਸੱਚਿਆ ਪਾਤਸ਼ਾਹ ਇਸਾਂ ਹੀ ਸਾਨੂੰ ਉਦਮ ਦਿੰਦਾ ਰਹੀ ਤੇ ਅਸੀਂ ਤੇਰੇ ਨਗਰ ਕੀਰਤਨ ਲੈ ਕੇ ਜਾਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਅਸੀਂ ਹਰ ਸਾਲ ਦੀ ਤਰ੍ਹਾਂ ਹੁਣ ਵੀ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲੈ ਕੇ ਜਾ ਰਹੇ ਹਾਂ। ਇਹ ਅਸੀਂ 5 ਤਰੀਕ ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਪਹੁੰਚਾਂਗੇ। ਉੱਥੇ ਕਿਉਂਕਿ ਸਾਨੂੰ ਇਹ 25 ਸਾਲ ਇਹ ਨਗਰ ਕੀਰਤਨ ਲੈ ਕੇ ਜਾਂਦਿਆਂ ਨੂੰ ਦਿੱਲੀ ਹੋ ਗਏ ਨੇ ਅਤੇ ਅਸੀਂ ਇਹੋ ਹੀ ਸੰਗਤਾਂ ਅੱਗੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਇਹੋ ਹੀ ਕਿ ਮਹਾਰਾਜ ਸੱਚਿਆ ਪਾਤਸ਼ਾਹ ਇਸਾਂ ਹੀ ਸਾਨੂੰ ਉਦਮ ਦਿੰਦਾ ਰਹੀ ਅਤੇ ਅਸੀਂ ਤੇਰੇ ਨਗਰ ਕੀਰਤਨ ਲੈ ਕੇ ਜਾਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਅਸੀਂ ਹਰ ਸਾਲ ਦੀ ਤਰ੍ਹਾਂ ਹੁਣ ਵੀ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲੈ ਕੇ ਜਾ ਰਹੇ ਹਾਂ। ਇਹ ਅਸੀਂ 5 ਤਰੀਕ ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਪਹੁੰਚਾਂਗੇ। ਉੱਥੇ ਕਿਉਂਕਿ ਸਾਨੂੰ ਇਹ 25 ਸਾਲ ਇਹ ਨਗਰ ਕੀਰਤਨ ਲੈ ਕੇ ਜਾਂਦਿਆਂ ਨੂੰ ਦਿੱਲੀ ਹੋ ਗਏ ਨੇ ਅਤੇ ਅਸੀਂ ਇਹੋ ਹੀ ਸੰਗਤਾਂ ਅੱਗੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਇਹੋ ਹੀ ਕਿ ਮਹਾਰਾਜ ਸੱਚਿਆ ਪਾਤਸ਼ਾਹ ਇਸਾਂ ਹੀ ਸਾਨੂੰ ਉਦਮ ਦਿੰਦਾ ਰਹੀ ਅਤੇ ਅਸੀਂ ਤੇਰੇ ਨਗਰ ਕੀਰਤਨ ਲੈ ਕੇ ਜਾਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਅਸੀਂ ਹਰ ਸਾਲ ਦੀ ਤਰ੍ਹਾਂ ਹੁਣ ਵੀ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਕੱਢ ਕੇ ਲੈ ਕੇ ਜਾ ਰਹੇ ਹਾਂ। ਇਹ ਅਸੀਂ 5 ਤਰੀਕ ਨੂੰ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਪਹੁੰਚਾਂਗੇ। ਉੱਥੇ ਕਿਉਂਕਿ ਸਾਨੂੰ ਇਹ 25 ਸਾਲ ਇਹ ਨਗਰ ਕੀਰਤਨ ਲੈ ਕੇ ਜਾਂਦਿਆਂ ਨੂੰ ਦਿੱਲੀ ਹੋ ਗਏ ਨੇ ਅਤੇ ਅਸੀਂ ਇਹੋ ਹੀ ਸੰਗਤਾਂ ਅੱਗੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੇ ਇਹੋ ਹੀ ਕਿ ਮਹਾਰਾਜ ਸੱਚਿਆ ਪਾਤਸ਼ਾਹ ਇਸਾਂ ਹੀ ਸਾਨੂੰ ਉਦਮ ਦਿੰਦਾ ਰਹੀ ਅਤੇ ਅਸੀਂ ਤੇਰੇ ਨਗਰ ਕੀਰਤਨ ਲੈ ਕੇ ਜਾਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।